दैनिक सवेरा अंधेरे से उजाले की ओर। थाना 3 की पुलिस ने वाहन चोरी करने वाले एक आरोपी को चोरीशुदा दो मोटरसाइकिलों सहित काबू किया है। इस संबंध में जानकारी देते हुए थाना प्रभारी कुलवंत सिंह ने बताया कि किशनपुरा चौक के निकट पुलिस पार्टी ने नाकाबंदी के दौरान उक्त चोर को काबू किया। आरोपी की पहचान दीपक उर्फ दीपू निवासी शक्ति नगर के तौर पर हुई है और पुलिस ने आरोपी की निशानदेही के आधार पर उससे दो चोरीशुदा मोटरसाइकिल भी बरामद किए हैं। फिलहाल पुलिस ने मामला दर्ज कर आगे की कार्रवाई शुरू कर दी है। ਅਸੀਂ ਵੀ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਭਾਈ ਜਸ ਸਿੰਘ ਨਗਰ ਦਾ ਹੈਗਾ ਰਾਮ ਆਪਣੇ ਜੋਤ ਸਰੂਪ ਸਿੰਘ ਇਹਦਾ ਮੋਟਰਸਾਈਕਲ ਬੁਲਟ ਖੜਾ ਸੀਗਾ ਮਹਾਰਾਜ ਹੋਟਲ ਦੇ ਬਾਹਰ। ਇੱਥੋਂ ਕੋਈ ਅਨਨੋਨ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ ਜਿਹਦੇ ਸੰਬੰਧ ਵਿੱਚ ਨਾਕਾਬੰਦੀ ਦੌਰਾਨ ਏ ਐਸ ਆਈ ਕੁਲਦੀਪ ਸਿੰਘ ਵੱਲੋਂ ਮਰਵਦਾਸ ਸਕੂਲ ਦੇ ਲਾਗਿਓਂ ਮੋਟਰਸਾਈਕਲ ਸਮੇਤ ਦੋਸ਼ੀ ਦੀਪਕ ਕੁਮਾਰ ਸਾਨੂੰ ਦਰ ਸਿੰਘ ਕੁਮਾਰ ਵਾਸੀ ਹੈਗਾ ਨਗੋਦਰ ਦਾ ਇਹਨੂੰ ਸਮੇਤ ਮੋਟਰਸਾਈਕਲ ਜਿਹੜਾ ਆਪਣੇ ਗ੍ਰਿਫਤਾਰ ਕੀਤਾ ਆ ਜਿਹੜਾ ਚੋਰੀ ਹੋਇਆ ਮੋਟਰਸਾਈਕਲ ਰਿਕਵਰ ਕੀਤਾ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਇਸ ਕੋਲ ਹੋਰ ਰਿਕਵਰ ਹੋਇਆ ਜਿਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਅਸੀਂ। ਸਰ ਚੋਰੀਆਂ ਇਹਦੇ 'ਤੇ ਪਹਿਲਾਂ ਵੀ 3-4 ਮੁਕਦਮੇ ਦਰਜ ਆ ਆਲਰੇਡੀ ਜਿਹੜੇ ਅੰਡਰ ਟ੍ਰਾਇਲ ਹੈਗੇ ਆ।